ਸਾਨੂੰ ਮੁਕਤਸਰ ਖਾਸ ਵੱਲੋਂ ਇੱਕ ਸਲਾਹ ਮਿਲੀ ਸੀ ਕਿ ਸਿਵਲ ਲਾਈਨ ਦੇ ਏਰੀ ਦੇ ਵਿੱਚ ਹਾਂਜੀ ਸਰ ਪੁਲਿਸ ਦੀ ਸਪੈਸ਼ਲ ਟੀਮ ਨੇ ਜਿਹੜੀ ਹੈ ਨਾਕੇਬੰਦੀ ਕਰਕੇ ਨਾਲ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਿਵਲ ਲਾਈਨਸ ਵਿਖੇ ਪਰਸੋਂ 20 ਤਰੀਕ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਕੁਛ ਦੋ ਸ਼ੱਕੀ ਨੌਜਵਾਨ ਵਾਰਦਾਤ ਕਰਨ ਦੀ ਤਾਕ ਵਿੱਚ ਹਨ। ਜਿਸ ਤੋਂ ਬਾਅਦ ਅਸੀਂ ਜਦੋਂ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਤਾਂ ਅਸੀਂ ਦੋ ਸ਼ੱਕੀ ਨੌਜਵਾਨ ਸੁਨੀਲ ਰਾਏ ਪੁੱਤਰ ਫੇਕ ਰਾਏ ਵਾਸੀ ਪ੍ਰੋਫੈਸਰ ਕਲੋਨੀ ਮੈਡੀਕਲ ਇਨਕਲੇਵ ਅੰਮ੍ਰਿਤਸਰ, ਦੂਸਰਾ ਮਨੀਸ਼ ਕੁਮਾਰ ਪੁੱਤਰ ਸੁਨੀਲ ਕੁਮਾਰ ਉਹ ਵੀ ਰਹਿਣ ਵਾਲਾ ਪ੍ਰੋਫੈਸਰ ਕਲੋਨੀ ਮੈਡੀਕਲ ਇਨਕਲੇਵ ਅੰਮ੍ਰਿਤਸਰ, ਦੋਨਾਂ ਨੌਜਵਾਨਾਂ ਨੂੰ ਅਸੀਂ ਕਾਬੂ ਕੀਤਾ ਤਾਂ ਉਹਨਾਂ ਕੋਲੋਂ ਇੱਕ ਖਿਡੌਣਾ ਪਿਸਟਲ, ਇਸ ਤੋਂ ਇਲਾਵਾ ਇੱਕ ਕਾਫੀ ਮੋਟਾ ਕੜਾ ਸਰ ਬਲੋ ਦਾ ਕੜਾ ਅਤੇ ਚੋਰੀ ਦਾ ਮੋਟਰਸਾਈਕਲ ਪਲਸਰ ਬਰਾਮਦ ਹੋਇਆ। ਜਿਸ ਤੋਂ ਬਾਅਦ ਅਸੀਂ ਦੋਨਾਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਇਹਨਾਂ ਦੇ ਖਿਲਾਫ਼ FIR ਨੰਬਰ 188 ਅਧੀਨ ਧਾਰਾ 379-411 ਅਤੇ ਸੈਕਸ਼ਨ 28 ਆਰਮਜ਼ ਐਕਟ ਦੇ ਤਹਿਤ ਇੱਕ ਮੁਕੱਦਮਾ ਰਜਿਸਟਰ ਕੀਤਾ ਸੀ। ਜਿਸ ਤੋਂ ਬਾਅਦ ਅਸੀਂ ਇਹਨਾਂ ਦੋਨਾਂ ਦੋਸ਼ੀਆਂ ਨੂੰ ਅਰੈਸਟ ਕਰਕੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਲਿਆ ਸੀਗਾ। ਦੋਨਾਂ ਦੋਸ਼ੀਆਂ ਤੋਂ ਜਦੋਂ ਅਸੀਂ ਗਲੇਰੀ ਪੁੱਛਗਿੱਛ ਕੀਤੀ ਤਾਂ ਪੁੱਛਗਿੱਛ ਸਾਹਮਣੇ ਆਇਆ ਕਿ ਇਹਨਾਂ ਨੇ ਇਸੇ ਪਿਸਟਲ ਦੀ ਨੋਕ 'ਤੇ, ਇਸ ਤੋਂ ਇਲਾਵਾ ਹੋਰ ਕੜੇ ਨਾਲ ਲੋਕਾਂ ਨੂੰ ਡਰਾ ਧਮਕਾ ਕੇ ਕਈ ਸਨੈਚਿੰਗਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਵੀ ਦਿੱਤਾ ਵਾ, ਜਿਸ ਵਿੱਚ ਇਹਨਾਂ ਨੇ ਅੰਮ੍ਰਿਤਸਰ ਦੇ ਅਲੱਗ ਅਲੱਗ ਜਗ੍ਹਾ ਤੋਂ ਮੋਬਾਈਲ ਫੋਨ ਸਨੈਚ ਕੀਤੇ ਆ। ਸੋ ਹੁਣ ਤੱਕ ਦੀ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਅਸੀਂ ਇਹਨਾਂ ਕੋਲੋਂ ਅਲੱਗ ਅਲੱਗ ਜਗ੍ਹਾ ਤੋਂ ਸਨੈਚ ਕੀਤੇ 5 ਮੋਬਾਈਲ ਫੋਨ ਮਾਰਕਾ iPhone X, ਸੈਮਸੰਗ J6, vivo Y16, vivo Y16 ਐਂਡ ਇੱਕ ਰੀਅਲਮੀ ਦਾ ਫੋਨ। ਇਹ 5 ਫੋਨ ਜੋ ਇਹਨਾਂ ਨੇ ਅਲੱਗ ਅਲੱਗ ਜਗ੍ਹਾ ਤੋਂ ਸਨੈਚ ਕੀਤੇ ਸੀ, ਇਹ 5 ਫੋਨ ਅਸੀਂ ਇਹਨਾਂ ਤੋਂ ਬਰਾਮਦ ਕਰ ਚੁੱਕੇ ਹਾਂ। ਅਗਲੇਰੀ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਇਹਨਾਂ ਨੇ ਕਈ ਵਾਰਦਾਤਾਂ ਜੋ ਮੰਨੀਆਂ ਨੇ, ਜੋ ਅਗਰ ਉਹਨਾਂ ਦੀ ਕੋਈ ਰਿਕਵਰੀ ਹੋਊਗੀ ਤਾਂ ਉਸ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਹਾਂ। ਇਹਨਾਂ ਵਿੱਚੋਂ ਜੋ ਇੱਕ ਨੌਜਵਾਨ ਜਿਹੜਾ ਸੁਨੀਲ ਰਾਏ, ਇਸ ਦੀ ਉਮਰ 20 ਸਾਲ ਆ ਅਤੇ ਮਨੀਸ਼ ਕੁਮਾਰ ਦੀ ਉਮਰ 19 ਸਾਲ ਆ। ਸੋ ਦੋਨੋਂ ਕਰੀਬ 19-20 ਸਾਲ ਉਮਰ ਦੇ ਨੇ ਜੀ। ਇਹਨਾਂ ਦੇ ਹਜੇ ਤੱਕ ਕੋਈ ਵੀ ਪਰਚਾ ਨਹੀਂ ਆ, ਮਤਲਬ ਇਹਨਾਂ ਨੇ ਇੰਨੀਆਂ ਵਾਰਦਾਤਾਂ ਜੋ ਸਾਡੇ ਸਾਹਮਣੇ ਮੰਨੀਆਂ ਨੇ, ਬਟ ਅੱਜ ਤੱਕ ਇਹ ਫੜੇ ਨਹੀਂ ਗਏ ਸੀ ਕਿਸੇ ਵੀ ਵਾਰਦਾਤ ਦੇ ਵਿੱਚ। ਸੋ ਜਿਹੜੀਆਂ ਵੀ ਪੁਰਾਣੀਆਂ ਇਹਨਾਂ ਨੇ ਵਾਰਦਾਤਾਂ ਕੀਤੀਆਂ, ਜੋ ਵੀ ਅਸੀਂ ਅਲੱਗ ਅਲੱਗ ਜਗ੍ਹਾ 'ਤੇ ਅਗਰ ਉਹਨਾਂ ਦੇ ਵਿੱਚ FIR ਦਰਜ ਹੋਣਗੀਆਂ, ਕਿਸੇ ਜਗ੍ਹਾ 'ਤੇ ਮਦਈਆਂ ਨੇ ਸ਼ਿਕਾਇਤ ਕੀਤੀ ਹੋਊਗੀ ਤਾਂ FIR ਦਰਜ ਹੋਈ ਹੋਊਗੀ, ਤਾਂ ਅਸੀਂ ਉਹ ਵੀ ਵੈਰੀਫਾਈ ਕਰਾਂਗੇ ਕਿ ਇਹਨਾਂ ਨੇ ਅਲੱਗ ਅਲੱਗ ਜਗ੍ਹਾ 'ਤੇ ਜਿੱਥੇ 'ਤੇ ਵਾਰਦਾਤਾਂ ਕੀਤੀਆਂ ਰਿਕਵਰੀ ਹੋਈ ਆ, ਫਿਰ ਉਹਨਾਂ ਮੁਕੱਦਮਿਆਂ ਦੇ ਵਿੱਚ ਵੀ ਇਹਨਾਂ ਨੂੰ ਅਰੈਸਟ ਪਾਵਾਂਗੇ ਅਤੇ ਇਹਨਾਂ 'ਤੇ ਹੋਰ ਵੀ ਜਿਹੜੀਆਂ ਵਾਰਦਾਤਾਂ ਉਹ ਸਾਰੇ ਅਸੀਂ ਟਰੇਸ ਕਰਾਂਗੇ। ਦੋਨੋਂ ਨਸ਼ੇ ਦੇ ਆਦੀ ਨੇ ਜੀ, ਨਸ਼ੇ ਕਰਨ ਦੇ ਆਦੀ ਨੇ, ਅਤੇ ਜਿਵੇਂ ਅਧੇੜ ਉਮਰ ਦੇ ਨੇ, ਕੋਈ ਕੰਮ ਧੰਦਾ ਨਹੀਂ ਕਰਦੇ। ਸੋ ਇਸੇ ਤਰੀਕੇ ਨਾਲ ਨਸ਼ੇ ਦੀ ਪੂਰਤੀ ਵਾਸਤੇ ਅਲੱਗ ਅਲੱਗ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਫੈਮਿਲੀ ਬੈਕਗ੍ਰਾਉਂਡ ਕੀ ਹੈ ਜੀ? ਇਹਨਾਂ ਦਾ ਜਿਵੇਂ ਆਪਣੇ ਲੇਬਰ ਕਲਾਸ ਵਾਲੇ ਆ ਜੀ, ਨੋਰਮਲ ਕਲਾਸ ਦੇ ਦੋਨੋਂ ਨੌਜਵਾਨ ਨੇ, ਕਿਸੇ ਤਰੀਕੇ ਨਾਲ ਹੋਰ ਕੋਈ ਇਹਨਾਂ ਚੰਗਾ ਕੰਮ ਨਹੀਂ। ਸਰ ਪਿਸਟਲ ਓਰੀਜਨਲ ਜੋ ਇਹਨਾਂ ਨੇ ਪਿਸਟਲ ਆ ਜੀ, ਇਹ ਨਕਲੀ ਪਿਸਟਲ ਆ, ਬਟ ਅਗਰ ਤੁਸੀਂ ਦੇਖੋਗੇ ਕਿ ਪਿਸਟਲ ਦੀ ਬਿਲਕੁਲ ਬਾਹਰੋਂ ਸ਼ੇਪ ਵਗੈਰਾ ਸਾਰਾ ਜੋ ਵੀ ਹੈ ਬਿਲਕੁਲ ਓਰੀਜਨਲ ਲੱਗਦਾ ਵਾ। ਸੋ ਜਿੱਥੇ ਵੀ ਵਾਰਦਾਤ ਕਰਦੇ ਸੀ ਕਿਸੇ ਨੂੰ ਪਿਸਟਲ ਦਾ ਡਰਾਵਾ ਦਿੰਦੇ ਸੀ ਤਾਂ ਅਗਲੇ ਨੂੰ ਇਹੀ ਲੱਗਦਾ ਸੀ ਕਿ ਇਹ ਬਿਲਕੁਲ ਓਰੀਜਨਲ ਪਿਸਟਲ ਆ, ਅਦਰਵਾਈਜ਼ ਇਹ ਪਿਸਟਲ ਇਹਨਾਂ ਨੇ ਔਨਲਾਈਨ ਖਰੀਦਿਆ ਵਾ ਅਤੇ ਇਹ ਇੱਕ ਨਕਲੀ ਖਿਡੌਣਾ ਪਿਸਤੌਲ ਆ ਜੀ। ਸਰ ਮੋਸਟਲੀ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਨਕਲੀ ਜਿਹੜੇ ਇਸ ਤਰ੍ਹਾਂ ਦੇ ਖਿਡੌਣਾ ਪਿਸਤੌਲ ਨੇ ਉਹਦੇ ਨਾਲ ਹੀ ਹੋ ਰਹੀਆਂ, ਇਹਦੇ ਲੋਕ ਵਾਸਤੇ ਕੀ ਕਰ ਰਹੀ ਹੈ? ਇਹਦੇ ਵਿੱਚ ਜੀ ਭਾਵੇਂ ਤੁਸੀਂ ਕੋਈ ਨਕਲੀ ਪਿਸਤੌਲ ਦਾ ਇਸਤੇਮਾਲ ਕਰਦੇ ਹੋ ਕਿਸੇ ਵੀ ਵਾਰਦਾਤ ਕਰਨ ਵਿੱਚ, ਜੇ ਤੁਸੀਂ ਇਸ ਦਾ ਇਸਤੇਮਾਲ ਕਰਦੇ ਹੋ ਤੁਹਾਡੇ 'ਤੇ ਵੀ ਆਰਮਜ਼ ਐਕਟ ਦਾ ਪਰਚਾ ਹੋ ਸਕਦਾ। ਸੋ ਇਹ ਜ਼ਰੂਰੀ ਨਹੀਂ ਕਿ ਅਗਰ ਆਪਾਂ ਅਸਲੀ ਪਿਸਤੌਲ ਲੈ ਕੇ ਹੀ ਵਾਰਦਾਤ ਕਰਾਂਗੇ ਫਿਰ ਹੀ ਸਾਡੇ 'ਤੇ ਆਰਮਜ਼ ਐਕਟ ਦਾ ਪਰਚਾ ਹੋਊਗਾ। ਸੋ ਇਸੇ ਤਰੀਕੇ ਨਾਲ ਜਿਵੇਂ ਇਹਨਾਂ ਨੇ ਵਾਰਦਾਤ ਦੇ ਵਿੱਚ ਇਸ ਪਿਸਤੌਲ ਦਾ ਇਸਤੇਮਾਲ ਕੀਤਾ ਵਾ, ਸੋ ਇਹਨਾਂ ਉੱਤੇ ਅਧੀਨ ਧਾਰਾ ਸੈਕਸ਼ਨ 28 ਆਰਮਜ਼ ਐਕਟ ਦੇ ਤਹਿਤ ਇੱਕ ਮੁਕੱਦਮਾ ਵੀ ਰਜਿਸਟਰ ਹੋਇਆ ਜੀ।